ਸਤਿ ਸ਼੍ਰੀ ਅਕਾਲ ਜੀ, ਪ੍ਰਵੀਨ ਫੁਲਕਾਰੀ ਹਾਊਸ ਦੇ ਵਿੱਚ ਇੱਕ ਵਾਰ ਫੇਰ ਤੋਂ ਤੁਹਾਡੇ ਸਾਰਿਆਂ ਦਾ ਸਵਾਗਤ ਹੈ। ਮੈਂ ਮਨਪ੍ਰੀਤ ਕੌਰ ਪੱਟੀ ਅੱਜ ਇੱਕ ਵਾਰ ਫੇਰ ਤੋਂ YouTube ਦੀ ਵੀਡੀਓ ਲੈ ਕੇ ਤੁਹਾਡੇ ਸਾਰਿਆਂ ਦੇ ਨਾਲ ਹਾਜ਼ਰ ਹਾਂ। ਅੱਜ ਦੀ ਵੀਡੀਓ ਖਾਸ ਕਰਕੇ ਜਿਨ੍ਹਾਂ ਨੇ ਪਿਛਲੀ ਵੀਡੀਓਸ ਤੁਸੀਂ ਵੇਖਦੇ ਹੋ, ਸਾਡੀ ਸਭ ਤੋਂ ਵਧੀਆ ਤੁਸੀਂ ਰਿਸਪੌਂਸ ਦੇ ਰਹੇ ਹੋ ਖੱਦਰ ਦੇ ਕੁੜਤਿਆਂ ਦੀ ਵੀਡੀਓ। ਤੁਸੀਂ ਹੋਰ ਵੀ ਉਹਨਾਂ ਕੁੜਤਿਆਂ ਦੀ ਡਿਮਾਂਡ ਕੀਤੀ ਸੀ, ਸੋ ਉਹਦੇ ਮੱਦੇ ਨਜ਼ਰ ਰੱਖਦੇ ਹੋਏ ਅਤੇ ਅੱਜ ਅਸੀਂ ਜਿਹੜੀ ਆ ਸਾਰੀ ਹੀ ਖੱਦਰ ਦੇ ਕੁੜਤਿਆਂ ਦੀ ਵੀਡੀਓ ਹੋਊਗੀ। ਤੁਸੀਂ ਅੰਤ ਤੱਕ ਜ਼ਰੂਰ ਵੇਖਿਓ ਇਸ ਵੀਡੀਓ ਦੇ ਵਿੱਚ। ਇੱਕ ਅੱਧਾ ਮੈਂ ਕਰੇਪ ਤੇ ਵਿਖਾਊਂਗੀ, ਬਾਕੀ ਸਾਰੇ ਹੀ ਖੱਦਰ ਤੇ ਜਿਹੜੇ ਆ ਕੁੜਤੇ ਹੋਣਗੇ। ਕਰੇਪ ਵਾਲਾ ਕਸਟਮਾਈਜ਼ ਨਹੀਂ ਹੋਊਗਾ, ਉਹਦੇ ਨਾਲ ਦੇ ਇੱਕ ਦੋ ਪੀਸ ਬਣੇ ਹੋਏ ਆ ਉਹ ਹੀ ਅਸੀਂ ਸੇਲ ਕਰਾਂਗੇ। ਹੋਰ ਜਿਹੜਾ ਜੈਕਟਸ ਵੀ ਦਿਖਾਵਾਂਗੇ ਮੁੰਡਿਆਂ ਦੇ ਲਈ, ਕੁੜੀਆਂ ਦੇ ਲਈ। ਖਾਸ ਕਰਕੇ ਅੱਜ ਦੀ ਵੀਡੀਓ ਜ਼ਰੂਰ ਜਿਹੜੀ ਆ ਅੰਤ ਤੱਕ ਵੇਖਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਪ੍ਰਵੀਨ ਫੁਲਕਾਰੀ ਹਾਊਸ ਜਿਹੜਾ ਸਾਡਾ ਹੈਗਾ ਸ਼ਹਿਰ ਪੱਟੀ ਵਿੱਚ ਹੈਗਾ, ਤੁਸੀਂ ਆ ਕੇ ਵੀ ਖਰੀਦ ਸਕਦੇ ਹੋ। ਇੱਥੇ ਸਾਡੇ ਨੰਬਰਸ ਹਨ 805-46-9977-950-188-5453 ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਪ੍ਰਵੀਨ ਫੁਲਕਾਰੀ ਹਾਊਸ M636/12 ਲਾਹੌਰ ਰੋਡ ਪੱਟੀ ਸਾਡਾ ਸ਼ਹਿਰ ਆ, ਤੇ ਤੁਸੀਂ ਆ ਕੇ ਵੀ ਖਰੀਦ ਸਕਦੇ ਹੋ। ਸਾਡੇ ਕੋਲ ਆਨਲਾਈਨ ਦੇ ਮਾਧਿਅਮ ਰਾਹੀਂ ਵਰਲਡ ਵਾਈਡ ਸ਼ਿਪਿੰਗ ਜਿਹੜੀ ਆ ਅਵੇਲੇਬਲ ਹੈਗੀ ਆ। ਸਭ ਤੋਂ ਪਹਿਲਾਂ ਖੱਦਰ ਦਾ ਮੈਂ ਬਰਾਊਨ ਕਲਰ ਦੇ ਉੱਤੇ ਕੁੜਤਾ ਤੁਹਾਨੂੰ ਦਿਖਾਉਂਗੀ। ਕੁਛ ਬੋਥ ਸਾਈਡ ਦੇ ਵਿੱਚ ਬਣੇ ਹੋਏ ਆ, ਕੁਛ ਇੱਕ ਇੱਕ ਸਾਈਡ ਬਣੇ ਹੋਏ ਆ। ਆਹ ਖੱਦਰ ਦਾ ਕੁੜਤਾ ਹੈ, ਇਹ ਦੋਵੇਂ ਸਾਈਡਸ ਤੋਂ ਬਣਿਆ ਹੋਇਆ ਹੈਗਾ। ਤੁਸੀਂ ਇਹਦਾ ਸਕਰੀਨਸ਼ਾਟ ਲੈ ਕੇ ਸਾਨੂੰ ਫੋਟੋ ਸੈਂਡ ਕਰ ਸਕਦੇ ਹੋ ਜ਼ਰੂਰ। ਬੈਕ ਸਾਈਡ ਵੀ ਵੇਖ ਸਕਦੇ ਹੋ, ਇਹ ਫਰੰਟ ਬੈਕ ਦੋਵੇਂ ਇੱਕੋ ਜਿੱਕੀ ਬਣੇ ਹੋਏ ਆ, ਮੈਂ ਤੁਹਾਨੂੰ ਦਿਖਾ ਦਿੰਦੀ ਹਾਂ। ਸੋ ਇਹ ਫਰੰਟ ਬਣੀ ਆ, ਇਹ ਬੈਕ ਸਾਈਡ ਬਣੀ ਆ ਇਹਦੀ। ਤੇ ਇਹ ਦੋਵੇਂ ਬਾਜੂ ਬਣੇ ਹੈਗੇ ਆ ਜੀ ਆਪਣੇ ਕੋਲ, ਇੱਕ ਬਾਜੂ ਤੇ ਸੈਕਿੰਡ ਬਾਜੂ, ਇਹ ਇਦਾਂ ਬਾਜੂ ਬਣੀਆਂ ਹੋਈਆਂ। ਇਹ ਲੌਂਗ ਕੁੜਤੇ ਆ, ਤੁਸੀਂ ਸਲਵਾਰ ਦੇ ਨਾਲ ਵੀ ਪਾ ਸਕਦੇ ਹੋ ਤੇ ਲਹਿੰਗੇ ਦੇ ਨਾਲ ਵੀ ਪਾ ਸਕਦੇ ਹੋ। ਸੈਕਿੰਡ ਮੈਂ ਕਰੇਪ ਤੇ ਕਮੀਜ਼ ਦਿਖਾ ਰਹੀ ਹਾਂ ਤੁਹਾਨੂੰ, ਫਰਾਕ ਟਾਈਪ ਬਣਾਇਆ ਹੋਇਆ ਤੁਸੀਂ ਇਹਦੇ ਵਿੱਚ ਅਸੀਂ ਹਲਕਾ ਜਿਹਾ ਕੰਮ ਕੀਤਾ ਹੋਇਆ ਹੈਗਾ। ਇਹ ਵੀ ਸਾਰਾ ਹੈਂਡਮੇਡ ਆ ਜੀ, ਪਿੱਛੋਂ ਵੇਖ ਸਕਦੇ ਹੋ ਸਾਰੀ ਫਰਾਕ ਹੀ ਬਣੀ ਹੋਈ ਹੈਗੀ ਆ ਜੀ। ਆ ਇੱਧਰ ਇਹਦਾ ਗਲਾ ਵੀ ਤਿਆਰ ਕੀਤਾ ਹੋਇਆ, ਆਪਾਂ ਇੱਦਾਂ ਦੇਖ ਸਕਦੇ ਹੋ। ਬੈਕ ਫਰੰਟ ਸਾਰਾ ਹੀ ਤਿਆਰ ਹੈ ਜੀ, ਇਹ ਬਹੁਤ ਸਾਰਾ, ਇਹ ਫਰਾਕ ਹੀ ਆ ਜੀ ਓਨਲੀ, ਨਾਲ ਇਹਦੇ ਦੁਪੱਟਾ ਤਿਆਰ ਕੀਤਾ ਹੋਇਆ। ਥਰਡ ਜਿਹੜਾ ਮੈਂ ਲਹਿੰਗੇ ਨਾ ਪਾਉਣ ਲਈ ਖੱਦਰ ਦੇ ਕੁੜਤੇ ਤਿਆਰ ਕੀਤੇ, ਮੈਂ ਤੁਹਾਨੂੰ ਲਹਿੰਗਾ ਵੀ ਦਿਖਾ ਦੂੰਗੀ ਇਹਦੇ ਨਾਲ। ਮਹਿੰਦੀ ਕਲਰ ਦਾ ਲਹਿੰਗਾ ਵੀ ਹੈਗਾ, ਇਹ ਜਿਹੜਾ ਤੁਸੀਂ ਵਿਦਆਊਟ ਸਲੀਵ ਹੈਗਾ ਜੀ, ਇਹਦੇ ਨਾਲ ਤੁਸੀਂ ਕਰੇਪ ਦੀਆਂ ਸਲੀਵਸ ਲਵਾ ਸਕਦੇ ਹੋ ਸਾਡੇ ਤੋਂ, ਜੇ ਤੁਸੀਂ ਸਾਨੂੰ ਸਟਿਚ ਕਰਨਾ ਦਿੰਦੇ ਹੋ ਤੇ। ਇਹ ਵੀ ਤੁਸੀਂ ਬੈਕ ਸਾਈਡ ਤੋਂ ਵੇਖ ਸਕਦੇ ਹੋ ਜੀ, ਇਹ ਬਲੱਡ ਰੈੱਡ ਕਲਰ ਦੇ ਉੱਤੇ ਬਣਿਆ ਹੈਗਾ ਜੀ। ਇਹਦਾ ਵੀ ਬੈਕ ਸਾਈਡ ਵੀ ਵੇਖ ਸਕਦੇ ਹੋ। ਰੈਡੀ ਹੈ ਜੀ, ਇਹਦੇ ਨਾਲ ਲਹਿੰਗਾ ਇਦਾਂ ਦਾ ਤੁਸੀਂ ਕਰੇਪ ਤੇ ਜਿਹੜਾ ਬਣਵਾ ਸਕਦੇ ਹੋ ਸਾਡੇ ਤੋਂ। ਇਹਦੇ ਤੇ ਅਸੀਂ ਕੁਛ ਨਹੀਂ ਲਾਉਂਦੇ, 5 ਮੀਟਰ ਕਰੇਪ ਤੇ ਅਸੀਂ ਜਿਹੜਾ ਚੋਣਾ ਵਾਲਾ ਲਹਿੰਗਾ ਤਿਆਰ ਕਰੀਦਾ, ਵੇਖ ਸਕਦੇ ਹੋ। ਇਹ ਸਿਰਫ ਥੱਲੇ 2 ਲੈਸਾਂ ਲਾ ਕੇ ਆਪਾਂ ਤਿਆਰ ਕਰ ਦਈਦਾ, ਲਾਈਨਿੰਗ ਲੂਈਨਿੰਗ ਲਾ ਕੇ ਤਿਆਰ ਕਰੀਦਾ। ਇਦਾਂ ਦੇ ਲਹਿੰਗੇ ਤੁਸੀਂ ਮੰਗਵਾ ਸਕਦੇ ਹੋ। ਥਰਡ ਹੈਗਾ ਕਰੀਮ ਕਲਰ ਦੇ ਕੁੜਤੇ, ਪਿਛਲੀ ਵੀਡੀਓ ਦੇ ਵਿੱਚ ਜਿੰਨੇ ਵੀ ਕੁੜਤੇ ਵਿਖਾਏ ਆ ਜੀ ਉਹ ਆਊਟ ਆਫ ਸਟਾਕ ਆ। ਇਸ ਵੀਡੀਓ ਦੇ ਵਿੱਚ ਮੈਂ ਜਿਹੜੇ ਖੱਦਰ ਦੇ ਕੁੜਤੇ ਦਿਖਾ ਰਹੀ ਹਾਂ ਉਹ ਇਨ ਸਟਾਕ ਦੇ ਵਿੱਚ ਹੈਗੇ ਆ, ਸੋ ਪਿਛਲੀ ਵੀਡੀਓ ਵਾਲੇ ਤੁਸੀਂ ਕਸਟਮਾਈਜ਼ ਕਰਵਾ ਸਕਦੇ ਹੋ ਔਨ ਆਰਡਰ। ਥਰਡ ਖੱਦਰ ਦਾ ਕੁੜਤਾ ਆ ਹੈਗਾ ਜੀ, ਤੀਸਰਾ ਥੈਂਕ ਯੂ।
ਇਹ ਫਰੰਟ ਸਾਈਡ ਤੋਂ ਕੱਢਿਆ ਹੋਇਆ ਵੇਖ ਸਕਦੇ ਹੋ, ਇਹ ਵੀ ਸਾਰਾ ਹੈਂਡਮੇਡ ਹੈਗਾ ਜੀ। ਪਿੱਛੋਂ ਵੀ ਵੇਖ ਸਕਦੇ ਹੋ ਜੇ ਤੁਸੀਂ ਵੇਖਣਾ ਹੋ। ਮੇਰਾ ਪਿੱਛੋਂ ਵਿਖਾਉਣ ਦਾ ਤੁਹਾਨੂੰ ਮਕਸਦ ਇਹ ਹੁੰਦਾ ਹੈ ਕਿ ਹਮੇਸ਼ਾ ਮੈਨੂੰ ਹੁੰਦਾ ਹੈ ਕਿ ਸਾਰੇ ਕਈ ਪੁੱਛਦੇ ਆ ਤੁਹਾਡੇ ਕੋਲ ਮਸ਼ੀਨ ਮੇਡ ਸਾਡੇ ਕੋਲ ਕੁਛ ਵੀ ਨਹੀਂ ਜੀ ਹੁੰਦਾ, ਕੁਛ ਵੀ ਜਿੱਦਾਂ ਕਹਿ ਲਓ ਆਹ ਬਾਹਾਂ ਬਣੀਆਂ ਹੋਈਆਂ ਇਹਦੀਆਂ, ਆਹ ਵਾਲੀਆਂ ਲੌਂਗ ਬਾਜੂ ਬਣਾਈ ਦੀਆਂ ਆਪਾਂ, ਕਿਉਂਕਿ ਖੱਦਰ ਦੇ ਆ ਜ਼ਿਆਦਾਤਰ ਇੰਡੀਆ ਦੇ ਵਿੱਚ ਲੋਕ ਸਰਦੀ 'ਚ ਪਾਉਂਦੇ ਆ। ਸੋ ਇਹਦੇ ਨਾਲ ਇੱਦਾਂ ਤੁਸੀਂ ਇਹਦੇ ਨਾਲ ਜਿਸ ਤਰ੍ਹਾਂ ਮੈਰੂਨ ਲਹਿੰਗਾ ਤੁਸੀਂ ਪਾ ਸਕਦੇ ਹੋ, ਇਹਦੇ ਨਾਲ ਪਲੇਨ ਦੁਪੱਟਾ ਮੈਰੂਨ ਘਰੇ ਹੁੰਦਾ ਹੀ ਆ, ਇਹ ਵਾਲਾ ਲਹਿੰਗਾ ਤੁਸੀਂ ਲੈ ਸਕਦੇ ਹੋ। ਇਹ ਕਰੀਮ ਦੇ ਨਾਲ ਤੁਸੀਂ ਮੈਰੂਨ ਦਾ ਕੰਬੀਨੇਸ਼ਨ ਕਰੋਗੇ ਤੇ ਬਹੁਤ ਸੋਹਣਾ ਲੱਗੂਗਾ, ਠੀਕ ਹੈ ਜੀ। ਜਿਸ ਤਰ੍ਹਾਂ ਮੈਂ ਇੱਥੇ ਰੱਖ ਕੇ ਵੀ ਸਾਈਡ ਤੇ ਤੁਹਾਨੂੰ ਦਿਖਾ ਦਿੰਦੀ ਹਾਂ, ਏਦਾਂ ਇਹ ਬਣੂਗਾ ਜੀ, ਏਦਾਂ ਕਮੀਜ਼ ਬਣੂਗੀ ਤੁਹਾਡੀ। ਤੁਸੀਂ ਥੱਲੇ ਤੱਕ ਦੇਖ ਸਕਦੇ ਹੋ, ਸ਼ਰਟ ਤੇ ਮੈਰੂਨ ਲਹਿੰਗਾ ਤੁਸੀਂ ਇਹ ਬਾਏ ਕਰ ਸਕਦੇ ਹੋ। ਅਗਲਾ ਹੈਗਾ ਜੀ ਮੁੰਡਿਆਂ ਦਾ ਕੁੜਤਾ, ਮੁੰਡਿਆਂ ਦੇ ਲਈ, ਬੋਇਜ਼ ਲਈ, ਤੁਸੀਂ ਜਿਹੜੇ ਕਾਟਨ ਦੇ ਕੁੜਤੇ ਪਾਉਂਦੇ ਹੋ ਉਹਨਾਂ ਦੇ ਲਈ। ਇਹ ਕੁੜਤਾ ਤੁਸੀਂ ਪਾ ਸਕਦੇ ਹੋ, ਇਹ ਫਰੰਟ ਬੈਕ ਲੌਂਗ ਬਾਜੂ, ਇਹ ਕਾਟਨ ਤੇ ਬਣਿਆ ਹੋਇਆ ਹੈਗਾ ਜੀ ਕੁੜਤਾ ਬੋਇਜ਼ ਦੇ ਲਈ। ਤੇ ਆਪਣੇ ਕੋਲ ਬੋਇਜ਼ ਦੇ ਲਈ ਜੈਕਟ ਵੀ ਹੈਗੀ ਆ, ਜਿਹੜੀ ਸਮਾਲ ਜੈਕਟਸ ਉੱਤੇ ਪਾਉਣ ਦੇ ਲਈ, ਕਿਸੇ ਤੁਸੀਂ ਪ੍ਰੀ ਵੈਡਿੰਗ ਦੇ ਫੰਕਸ਼ਨ 'ਚ ਇਹ ਤੁਸੀਂ ਸਟਿਚ ਕਰਵਾ ਸਕਦੇ ਹੋ। ਇਹ ਛੋਟੀ ਜੈਕਟ ਆ ਵਿਦਆਊਟ ਸਲੀਵ ਆ ਜੀ, ਇਹ ਫਰੰਟ ਸਾਈਡ ਆ, ਆ ਬੈਕ ਸਾਈਡ ਆ, ਤੁਸੀਂ ਆਪਣੇ ਹਿਸਾਬ ਨਾਲ ਇਹਦੀ ਕਟਿੰਗ ਸਟਿਚਿੰਗ ਕਰਵਾ ਸਕਦੇ ਹੋ। ਇਹ ਜਿਹੜੀ ਜੈਕਟ ਲਾਸਟ ਮੈਂ ਵੀਡੀਓ ਦੇ ਵਿੱਚ ਦਿਖਾਈ ਸੀ, ਮੈਨੂੰ ਸਾਰਿਆਂ ਨੇ ਕਿਹਾ ਸੀ ਤੁਸੀਂ ਇੱਕ ਵਾਰੀ ਖੋਲ ਕੇ ਦਿਖਾਓ ਜੈਕਟ। ਇਹ ਜੈਕਟ ਆ ਜੀ ਰੈੱਡ ਕਲਰ ਦੇ ਉੱਤੇ ਬਣੀ ਹੋਈ ਹੈਗੀ, ਇਹ ਜੈਕਟ ਆ ਪੂਰੀ ਇਹ ਰੈੱਡ ਕਲਰ ਦੇ ਉੱਤੇ ਬਣੀ ਹੋਈ ਆ, ਲਾਈਨਿੰਗ ਲਾ ਕੇ ਆਪਾਂ ਤਿਆਰ ਕੀਤੀ ਹੋਈ ਹੈ ਜੀ, ਤੁਸੀਂ ਵੇਖ ਸਕਦੇ ਹੋ। ਮੈਂ ਬਾਗ ਕੁਛ ਸ਼ਾਰਟ ਦੇ ਵਿੱਚ ਵੀ ਪਾਉਂਦੀ ਹੁੰਦੀ ਹਾਂ, ਤੁਸੀਂ ਉਹ ਵੀ ਜ਼ਰੂਰ ਚੈੱਕ ਕਰ ਦਿਆ ਕਰੋ। ਲਾਸਟ ਤੇ ਤੁਹਾਨੂੰ ਸਭ ਤੋਂ ਸਪੈਸ਼ਲ ਪੀਸ ਮੈਂ ਜਿਹੜਾ ਦਿਖਾਉਂਗੀ ਉਹ ਹੈਗਾ ਜੀ ਖੱਦਰ ਤੇ ਲਹਿੰਗਾ ਆਪਣੇ ਕੋਲ। ਮੈਂ ਇਹਦੀ ਫੋਟੋ ਜਿਹੜੀ ਕਮਿਊਨਿਟੀ ਪੋਸਟ ਦੇ ਵਿੱਚ ਪੋਸਟ ਕਰ ਦੂੰਗੀ, ਤੁਸੀਂ ਚੈੱਕ ਕਰ ਲਿਓ। ਇਹ ਲਹਿੰਗਾ ਜੀ ਆਪਣੇ ਕੋਲ, ਇਹ ਨਾਲ ਸ਼ਰਟ ਆ, ਇਹ ਸੈਮੀ ਸਟਿਚ ਕੀਤੀ ਹੋਈ ਆ, ਇਹ ਨਾਲ ਸ਼ਰਟ ਆ। ਤੁਸੀਂ ਆ ਸ਼ਰਟ ਕੱਲੀ ਵੀ ਬਾਏ ਕਰ ਸਕਦੇ ਹੋ, ਲਹਿੰਗਾ ਕੱਲਾ ਵੀ ਬਾਏ ਕਰ ਸਕਦੇ ਹੋ। ਇਹ ਖੱਦਰ ਤੇ ਬਣਿਆ ਹੋਇਆ ਹੈਗਾ ਜੀ ਆਪਣੇ ਕੋਲ, ਆ ਬੈਕ ਸਾਈਡ ਤੋਂ ਵੀ ਵੇਖ ਸਕਦੇ ਹੋ। ਆ ਦੇਖ ਸਕਦੇ ਹੋ ਇਹਦੇ ਤੇ ਵੀ, ਇਹਦੇ ਨਾਲ ਤੁਸੀਂ ਪਲੇਨ ਸ਼ਰਟ ਬਣਾ ਸਕਦੇ ਹੋ ਅਗਰ ਤੁਸੀਂ ਇਹ ਇਕੱਠਾ ਸੈੱਟ ਨਹੀਂ ਲੈਣਾ। ਤੇ ਆ ਲਹਿੰਗਾ ਵੀ ਵੇਖ ਸਕਦੇ ਹੋ, ਕਲੀਆਂ ਵਾਲਾ ਲਹਿੰਗਾ ਆਪਾਂ ਤਿਆਰ ਕੀਤਾ ਹੋਇਆ, ਖੁੱਲਾ ਡੁੱਲਾ ਲਹਿੰਗਾ ਜੀ ਵੇਖ ਸਕਦੇ ਹੋ, ਇਹਦਾ ਇੰਨਾ ਚੌੜਾਈ ਹੈਗੀ। ਸੋ ਇਹ ਲਹਿੰਗਾ ਵੀ ਅਵੇਲੇਬਲ ਹੈਗਾ ਜੀ। ਅੱਜ ਦੇ ਜਿੰਨੇ ਵੀ ਮੈਂ ਸਟਾਕ ਵਿਖਾਇਆ ਉਹ ਸਾਰੇ ਅਵੇਲੇਬਲ ਹੈਗੇ ਆ, ਖੱਦਰ ਦੇ ਲਹਿੰਗੇ, ਜੈਕਟਸ, ਮੈਨਸ ਜਿਹੜੀਆਂ ਕੀ ਕਹਿੰਦੇ ਨੇ ਕੁੜਤੇ, ਉਹ ਸਾਰੇ ਅਵੇਲੇਬਲ ਹੈਗੇ ਆ, ਤੁਸੀਂ ਬਾਏ ਕਰ ਸਕਦੇ ਹੋ। ਸਾਡੀਆਂ ਸ਼ੋਰਟਸ ਦੀਆਂ ਵੀਡੀਓ ਵੀ ਜ਼ਰੂਰ ਵੇਖਿਆ ਕਰੋ, ਮੈਂ ਉਹਦੇ 'ਚ ਬਾਗ, ਹੁਣ ਮੈਂ ਕੋਸ਼ਿਸ਼ ਕਰਿਆ ਕਰੂੰ ਦੂਜੇ ਤੀਜੇ ਦਿਨ ਇੱਕ ਅੱਧੀ ਜਿਹੜੀ ਆ ਬਾਗ ਦੀ ਵੀਡੀਓ ਅਪਲੋਡ ਜ਼ਰੂਰ ਕਰਦਿਆ ਕਰਾਂ ਤੁਹਾਡੇ ਸਾਰਿਆਂ ਦੇ ਨਾਲ। ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਤੁਸੀਂ ਜਿੰਨਾ ਚੰਗਾ ਰਿਸਪੋਂਸ ਇਹਨਾਂ ਵੀਡੀਓਜ਼ ਨੂੰ ਦਿਓਗੇ ਅਸੀਂ ਹੋਰ ਵੀ ਤੁਹਾਡੇ ਲਈ ਚੀਜ਼ਾਂ ਨਵੀਆਂ ਲੈ ਕੇ ਆਵਾਂਗੇ। ਪਿਛਲੀ ਵੀਡੀਓ ਦੇ ਵਿੱਚ ਸਾਰਾ ਜਿਹੜਾ ਸਟਾਕ ਉਹ ਸਟਾਕ ਆਊਟ ਹੈਗਾ, ਅੱਜ ਦੇ ਜਿੰਨੇ ਖੱਦਰ ਦੇ ਕੁੜਤੇ ਮੈਂ ਤੁਹਾਨੂੰ ਦਿਖਾਏ ਇਹ ਸਾਰੇ ਇਨ ਸਟਾਕ ਦੇ ਵਿੱਚ ਹੈਗੇ ਆ। ਬਾਏ ਕਰ ਸਕਦੇ ਹੋ, ਸਾਡੇ ਨੰਬਰ 'ਤੇ ਸੰਪਰਕ ਕਰ ਸਕਦੇ ਹੋ 805-46-9977-950-120-88। ਜਦੋਂ ਵੀ ਤੁਸੀਂ ਆਓ ਕਾਲ ਕਰਕੇ ਆ ਜਾਓ, ਚਾਹੇ ਤੁਸੀਂ, ਵੈਸੇ ਮੰਡੇ ਟੂ ਸੈਚਰਡੇ ਸਾਡਾ ਓਪਨ ਹੀ ਹੁੰਦਾ, ਸੰਡੇ ਕਈ ਵਾਰ ਅਸੀਂ ਘਰ ਤੋਂ ਕੰਮ ਕਰਦੇ ਹਾਂ, ਸੋ ਸੰਡੇ ਕਈ ਵਾਰ ਹੁੰਦਾ ਕਿ ਜਿਹੜਾ ਸਾਡਾ ਬੰਦ ਹੋਵੇ, ਬਟ ਤੁਸੀਂ ਜਦੋਂ ਵੀ ਆਓ ਕਾਲ ਕਰਕੇ ਆਓ ਕਿ ਤੁਹਾਨੂੰ ਖੱਜਲ ਖੁਆਰੀ ਨਾ ਹੋਵੇ, ਤਾਂ ਅਸੀਂ ਗੂਗਲ ਲੋਕੇਸ਼ਨ
ਲੋਕੇਸ਼ਨ ਜਿਹੜੀ ਹੈ ਗੂਗਲ ਤੇ ਵੀ ਲੋਕੇਸ਼ਨ ਸਾਡੀ ਜਿਹੜੀ ਆ ਅਵੇਲੇਬਲ ਹੈਗੀ ਆ ਤੇ ਸ਼ਿਪਿੰਗ ਜਿਹੜੀ ਆ ਵਰਲਡ ਵਾਈਡ ਅਵੇਲੇਬਲ ਹੈਗੀ ਆ ਅਮਰੀਕਾ ਕੈਨੇਡਾ ਜਿੱਥੇ ਮਰਜ਼ੀ ਤੁਸੀਂ ਮੰਗਾਓ ਡੀਐਚਐਲ ਫੈਡਐਕਸ ਰਾਹੀਂ ਸ਼ਿਪਿੰਗ ਜਿਹੜੀ ਆ ਅਵੇਲੇਬਲ ਹੈਗੀ ਆ ਬਹੁਤ ਬਹੁਤ ਸ਼ੁਕਰੀਆ ਅੱਜ ਦੀ ਵੀਡੀਓ ਵੇਖਣ ਦੇ ਲਈ।